ਉਹ ਜਿਹਨੇ ਟਿਕਟਾਂ ਭਰੀਆਂ ਉਹ ਕਹ ਰਿਹਾ ਟਿੱਕੀਆਂ ਤੇ ਨਹੀਂ ਅਸਲ ਦੇ ਉਹਨੂੰ ਟੈਨਸ਼ਨ ਵਾਲਾ ਇਹ ਨਹੀਂ ਹੈਗੀ ਹਾਂ ਜੇ ਟਿਕਟਾਂ ਭਰੀਆਂ ਉਹਨੂੰ ਇਹ ਵੀ ਟੈਨਸ਼ਨ ਹੈ ਬਾਅਦ ਚ ਰੋਟੀ ਵੀ ਖਵਾਣੀ ਹੈ ਹਾਂ ਇਹ ਯਕੀਨ ਕਰ ਬੱਬਰ ਸ਼ੇਰ ਆ ਹਾਂਜੀ ਬਾਕੀ ਬੱਬਰ ਸ਼ੇਰ ਹੈ ਕੱਲੇ ਕੱਲੇ ਤਾਂ ਆਉਂਦੇ ਨਹੀਂ ਇਹ ਟੋਲੀਆਂ ਆਉਂਦੇ ਆ ਹਾਂ ਸੁਣਿਆ ਸਾਈਵਾਲ ਵਾਲੇ ਬੜਾ ਪਿਆਰ ਕਰਦੇ ਨੇ ਬੜਾ ਪਿਆਰ ਕਰਦੇ ਨੇ ਸਾਲਿਆ ਪਿੱਛੇ ਵੇਖ ਆਏ ਕੋਈ ਨਹੀਂ ਓਏ ਆ ਜਾਣਗੇ ਮੁੰਦਰੀ ਛੱਲੇ ਕਿੱਥੇ ਮਰ ਗਏ ਹੋ ਤੁਸੀਂ ਓਏ ਬਗੈਰ ਤੋਂ ਉਹ ਤੁਸੀਂ ਕਿਉਂ ਨਹੀਂ ਕੰਮ ਕਰਦੇ ਓਏ ਤੇ ਘੱਟਾ ਕੰਮ ਕਰਨਾ ਤਨਖਾਹ ਤਾਂ ਤੁਸੀਂ ਸਾਹਿਬ ਜੀ ਦਿੰਦੇ ਨਹੀਂ ਦੇ ਦੇਾਂਗੇ ਤੈਨੂੰ ਤਨਖਾਹ ਪਹਿਲੇ ਕੈਮਰਾ ਲੱਗ ਲੈਣ ਦੇ ਉਹ ਲੱਗਾ ਆ ਹੱਸੋ ਖੇਡੋ ਇੰਜੋਏ ਕਰੋ ਲੇਕਿਨ ਆਪਣੇ ਮਾਂ ਬਾਪ ਦਾ ਆਦਰ ਜ਼ਰੂਰ ਕਰੋ ਸਿਆਣੇ ਕਹਿੰਦੇ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਮਾਂ ਬਾਪ ਦਾ ਆਦਰ ਹਿਆ ਕੀਤਾ ਉਹਨਾਂ ਦੀਆਂ ਖਿਦਮਤਾਂ ਕੀਤੀਆਂ ਉਹਨਾਂ ਦੀਆਂ ਜੁੱਤੀਆਂ ਸਿੱਧੀਆਂ ਕੀਤੀਆਂ ਅੱਲਾ ਜਾਣਦਾ ਉਹਨਾਂ ਦੇ ਰਾਸਤੇ ਆਪੇ ਸਿੱਧੇ ਹੋ ਕਹਿੰਦਾ ਕਿ ਜਿਨ੍ਹਾਂ ਕੀਤੇ ਸੱਚੇ ਕੌਲ ਕਰਾਰੋ ਯਾਰ ਛੇਤੀ ਕਦੀ ਭੁੱਲਦੇ ਨਹੀਂ ਜਿਨ੍ਹਾਂ ਕੀਤੇ ਸੱਚੇ ਕੌਲ ਕਰਾਰੋ ਯਾਰ ਛੇਤੀ ਕਦੀ ਭੁੱਲਦੇ ਨਹੀਂ ਤੇ ਜਿਹੜੇ ਮਟਕੇ ਭਰੇ ਹੋਣ ਨੀਤਾਂ ਨਾਲ ਉਹ ਮਟਕੇ ਛੇਤੀ ਰੁੜਦੇ ਨਹੀਂ ਐ ਨਿਸ਼ਕ ਦੇ ਗੁੰਜਲ ਬੜੇ ਔਖੇ ਖੋਲਿਆ ਛੇਤੀ ਖੁੱਲਦੇ ਨਹੀਂ ਤੇ ਜਿਨ੍ਹਾਂ ਤੋਤੋ ਪੀਤੇ ਪੈਰ ਮਾਵਾਂ ਦੇ ਉਹ ਯਾਰ ਉਹ ਛੇਤੀ ਰੁਲਦੇ ਨੇ ਅੱਛਾ ਇਹੋ ਜਿਹਾ ਬੰਦਾ ਅੱਛੀਆਂ ਗੱਲਾਂ ਕਰਕੇ ਬੰਬ ਰੱਖ ਕੇ ਨਿਕਲ ਜਾਂਦੇ ਰਾਸ ਬੰਦ ਕਰ ਲਾ ਓਏ ਬਗੈਰਤ ਇਨਸਾਨ ਕੰਮ ਤੂੰ ਕਰਦਾ ਨਹੀਂ ਘੱਟਾ ਕੰਮ ਕਰਨਾ ਤਨਖਾਹ ਤਾਂ ਤੁਸੀਂ ਦਿੰਦੇ ਨਹੀਂ ਓਏ ਖਬਰਦਾਰ ਜੇ ਤਨਖਾਹ ਦਾ ਨਾਂ ਲਿਆ ਤਨਖਾਹ ਮੇਰੀ ਛੇੜ ਆ ਠੀਕ ਹੈ ਕਿ ਨਹੀਂ ਤਨਖਾਹ ਦਾ ਨਾਂ ਨਹੀਂ ਲੈਣਾ ਨਹੀਂ ਤਾਂ ਤੁਹਾਡੀ ਵੀਡੀਓ ਵਾਇਰਲ ਕਰ ਦਿਆਂਗਾ ਓਏ ਕਿਹੜੀ ਵੀਡੀਓ ਥਾਣੇ ਦੇ ਵਿੱਚ ਤੁਹਾਨੂੰ ਜਮਾ ਕਰਾ ਕੇ ਪਾਂਜਾ ਫਿੱਟ ਕਰਵਾਵਾਂਗਾ ਲੈ ਕਹਿੰਦਾ ਪਾਂਜਾ ਫਿੱਟ ਕਰਾਵਾਂਗਾ ਕਰਾ ਸਾਨੂੰ ਥਾਣੇ ਦੇ ਵਿੱਚ ਅਸੀਂ ਵੀ ਉੱਥੇ ਬਿਆਨ ਦਵਾਂਗੇ ਕਿ ਤੂੰ ਲੋਕਾਂ ਦਾ ਫਰਾਰ ਕਰਦਾ ਹੈ ਲੋਕਾਂ ਦਾ ਧੋਖਾ ਕਰਦਾ ਹੈ ਦੋ ਨੰਬਰ ਕੰਮ ਕਰਨਾ ਹਾਂ ਸ਼ੁਕਰ ਕਰ ਤੈਨੂੰ ਮਾਲਕ ਰੱਖਿਆ ਨਹੀਂ ਤੇ ਤੇਰੇ ਵਰਗੇ ਨੂੰ ਕੋਈ ਕੋਠੀ 'ਚ ਕੁੱਤਾ ਨਹੀਂ ਰੱਖਦਾ ਹਾਂ ਤੇ ਨਾਲੇ ਆਪਣਾ ਮੂੰਹ ਕਦੀ ਵੇਖਿਆ ਅਸੀਂ ਸਿਰਫ ਫਸੇ ਹੋਏ ਆ 6 ਮਹੀਨਿਆਂ ਦੀ ਤਨਖਾਹ ਸਾਡੀ ਪਤੀ ਆ ਅਸੀਂ ਇੱਥੋਂ ਜਾ ਨਹੀਂ ਸਕਦੇ ਨਹੀਂ ਤਾਂ ਤੇਰੇ ਵਰਗਾ ਮੂੰਹ ਨਾ ਬੰਦਾ ਬਾਸ਼ਰੂਮ 'ਚ ਬਵੇ ਨਾ ਉਹ ਸ਼ਲਵਾਰ ਲਾ ਕੇ ਜਿਹੜੀ ਸਭ ਤੋਂ ਪਹਿਲੇ ਸ਼ਾਇਦ ਲਮਕਦੀ ਉਂਝ ਦਾ ਹੀ ਬਹੁਤ ਅੱਛੇ ਕਿੱਡੀ ਬੁਰੀ ਗੱਲ ਹੈ ਕਿਸੇ ਨੂੰ ਪੁੱਛ ਲੈਣਾ ਹਾਂ ਤੂੰ ਮੇਰਾ ਵਕੀਲ ਹੈ ਇਹ ਬਾਹਰ ਸਾਡਾ ਸੇਠ ਹੈ ਜਿਹਦੇ ਦੋ ਮੂੰਹ ਨੇ ਇਧਰੋਂ ਵੀ ਮੂੰਹ ਹੈ ਓਏ हथियार छोड़े हैं चलाना नहीं भूले बंदा औरत दे कमरे च जाके थोड़ी देर बाद बाहर आंदा बाद च कहना सॉरी पहले तो कभी ऐसा नहीं हुआ राती अपनी बेगम ना डेढ़ घंटा लौंग किस करता रहा बाद चो कहिंदा तेरे मुंह च तां दंद नहीं मैं तैनूं तलाक दे देनी उहने चपेड़ मारी उहने कहा मुंह वाले पासे ते आ चौके जरा यार तुसीं क्लैप कर लिया ना मजा आना यार जरा ਆਪ ਆਪਣੀ ਬੁੱਢੀ ਤੇ ਪਰਚਾ ਕਰਾਤਾ ਕਹਿੰਦਾ ਮੈਨੂੰ ਮਜ਼ਾ ਨਹੀਂ ਆਉਂਦਾ ਉਹਨੇ ਕੋ ਇਹਦੇ ਤੇ ਕਰਾਤਾ ਕਹਿੰਦੀ ਕੰਜਰਾ ਸਾਰੇ ਮੱਲੇ ਨੂੰ ਆਉਂਦਾ ਤੈਨੂੰ ਕਿਉਂ ਨਹੀਂ ਆਉਂਦਾ ਹੁਣ ਵੀ ਜਰਾ ਝੁੱਕ ਕੇ ਮੈਂ ਕੋਈ ਇੰਡੀਆ ਦਾ ਬੰਦਾ ਨਹੀਂ ਠੀਕ ਹੈ ਠੀਕ ਹਾਂ ਓਏ ਤੁਸੀਂ ਪਰੇਸ਼ਾਨ ਨਹੀਂ ਹੋਣਾ ਆ ਬੰਦਾ ਉੱਚੀ ਲੰਮੀ ਕੱਦ ਵਾਲੀ ਨੂੰ ਕਮਰੇ 'ਚ ਜਾਵੇ ਨਾ ਬੰਦਾ ਪਾਸਾ ਮੋੜਦਾ ਲੱਤ ਚੁੱਕਦਾ ਬਾਹ ਮੋੜਦਾ ਜ਼ੋਰ ਲੱਗਦਾ ਐਦਾਂ ਦੀ ਮਾੜੀ ਜੀ ਨੂੰ ਕਮਰੇ 'ਚ ਜਾ ਕੇ ਭਲਾ ਪਿਆਰ ਕਿਵੇਂ ਕਰਦਾ ਕਿਵੇਂ ਆ ਨਹੀਂ ਦਜ਼ਨ मैनू साला कहता मैं औरत को खलोना मैनू बो आंदी मैं कहा जिथे कि तेरा मुंह आंदा उथे बो ही आनी है साले दी मान साले दी मान लेनी तू चीका मारी जावे पूरा महला कठा होया जो पैदा होया सारे महल ने मां नू कुटिया ਉਹਨੇ ਕਿਹਾ ਚੀਕਾ ਤਾਂ ਤੂੰ ਇੰਜ ਮਾਰਦੀ ਸੀ ਜਿਵੇਂ ਅੰਡਰ ਟੈਕਰ ਜੰਮਣ ਲੱਗੀ ਆ ਆਹ ਕਿ ਜੰਮਣ ਤੇ ਇਹ ਸਾਰਾ ਸਾਰਾ ਹੋਣ ਵਾਲਾ ਸੀ ਇਹਨੂੰ ਦਾਈ ਅੱਗੋਂ ਡੀਕ ਨਹੀਂ ਤੇ ਸਾਰਾ ਪਿੱਛੋਂ ਨਿਕਲ ਕੇ ਦੌੜ ਗਿਆ ਅੱਛਾ ਇਦਾਂ ਦੇ ਨਿਆਣੇ ਤੇਰਾ ਕੀ ਹੋ ਗਿਆ ਇਦਾਂ ਦੇ ਨਿਆਣੇ ਨੂੰ ਮਾਂ ਜੰਮ ਕੇ ਸੋਚੀ ਪੈ ਜਾਂਦੀ ਆ
खरे मेरी डाई खराब हो गई। फिर जो होने वाला सी डाई नु कहंदी अरे 5 रुपए बाहर आ ते साला अड्डा तेज नु कहंदा 10 ले तू अंदर आ। लख ए ते जम्मा तो पहले ही बड़ा होशियार सी, बाहर आके मां दी गुथली चो पैसे कढ के फिर चल जांदा सी। ओए साले ओ इधर भी ते पूछ लवो। अच्छा ए कल्ला भी अड्डा एदे 3-4 भैणा भी इनी इनी आ। एक माई रिश्ता देखना इहदी मां ने खड़का के सिटिया पसंद करो भैणा। ए बग्गिया दिल नहीं छड़ना तू, एक गाने दी ज़कात कटी अगो कम परवाई है। और दासना मेरी है बल्ले जा पुत्रा। हां जी ए गल तू कान खोल के लेना मेरी सुन ला। की कोई दे तू वेखो कोई गल बात नहीं हो कीती ते मैं तेरे घर नु उदार के तबाह कर देगा। ए तू गल फेर रखनी है। ठीक हो गया कि नहीं? हां इधर गल सुन ला। हां जा जाके तेरे को चाय पानी नु बड़ा के ठंडिया कर ही आ। तेनू ऐनू ऐनू आहो ओए अमीर होने आहो बगैर तो जा। अगे बड़ा अलफला बैंक के मैनेजर लगे अगे भी तो पूरा ही है अभी टेंशन परेशानी नहीं है। सही गल कर रहा लेकिन की करिए भाई जी ए जेड़े साहब जी ने साढ़े 6 महीनों की तनखाह फसी है। ना असी तनखाह मांग सकते हैं ना असी इस घर तो कितने जा सकते हैं। साड़ी इन्नी मजबूरी है लेकिन की करिए। सही